ਹਾਂਜੀ ਸਵਾਗਤ ਆ ਜੀ ਆਪ ਸਭ ਦਾ ਪੰਜਾਬੀ ਐਮੀਸ਼ ਚੈਨਲ ਦੇ ਉੱਤੇ ਲੈ ਕੇ ਹਾਜ਼ਰ ਹਾਂ ਇਹਦੀਆਂ ਨਵੀਆਂ ਤਾਜ਼ੀਆਂ ਖਬਰਾਂ ਅਤੇ ਸ਼ੁਰੂ ਕਰਦੇ ਹਾਂ ਜੀ 19 ਤਰੀਕ ਦੀਆਂ ਕੁਝ ਖਾਸ ਅਪਡੇਟ। ਪੂਰੀ ਵੀਡੀਓ ਜ਼ਰੂਰ ਸੁਣਿਆ ਕਰੋ ਅਤੇ ਵੀਡੀਓ ਚੰਗੀ ਲੱਗਦੀ ਹੈ ਅਤੇ ਲਾਈਕ ਆਪਣੀ ਜ਼ਰੂਰ ਕਰਦੇ ਕਰੋ। ਬਾਕੀ ਜਿਹੜੇ ਵੀ ਹਰ ਰੋਜ਼ ਕਮੈਂਟ ਕਰਦੇ ਆ, ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹੀਦੇ ਆ ਅਸੀਂ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਤੁਸੀਂ ਟਾਈਮ ਕੱਢ ਕੇ ਕਮੈਂਟ ਕਰਦੇ ਆ, ਸਾਡੇ ਵੱਲੋਂ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਕਿਸੇ ਵੇਲੇ ਸਾਡੇ ਕੋਲ ਰਿਪਲਾਈ ਨਹੀਂ ਕਰ ਹੁੰਦੇ ਸਾਰਿਆਂ ਵੀਰਾਂ ਦੇ, ਪਰ ਸਾਰਿਆਂ ਦੇ ਕਮੈਂਟ ਅਸੀਂ ਜ਼ਰੂਰ ਪੜ੍ਹੀਦੇ ਆ। ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਜੀ। ਅੱਜ ਦੀ ਪਹਿਲੀ ਖਬਰ ਆ ਰਹੀ ਹੈਗੀ ਹੈ ਇਟਲੀ ਦੇ ਮੌਸਮ ਨੂੰ ਲੈ ਕੇ। ਮੌਸਮ ਅੱਜ ਇਟਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਖਰਾਬ ਰਿਹਾ। ਅੱਜ ਤੁਹਾਨੂੰ ਦੱਸਿਆ ਸੀਗਾ ਕੱਲ੍ਹ ਰਾਤ ਵਾਲੀ ਵੀਡੀਓ ਵਿੱਚ ਵੀ ਕਈ ਇਲਾਕਿਆਂ ਵਿੱਚ ਮੌਸਮ ਦੀ ਅਲਰਟ ਜਾਰੀ ਕੀਤਾ ਹੋਇਆ ਸੀਗਾ, ਖਾਸ ਕਰ ਮੀਡੀਆ ਰੋਮਾਨੀਆ ਦੇ ਵਿੱਚ। ਅਤੇ ਅੱਜ ਮੀਡੀਆ ਰੋਮਾਨੀਆ ਵਿੱਚ ਬਹੁਤ ਨੁਕਸਾਨ ਹੋਇਆ। ਇਸ ਤੋਂ ਇਲਾਵਾ ਵਿਨਤੋ ਕੰਪਾਨੀਆ, ਬਾਜ਼ਲੀਕਾ, ਤਾਪੂਲੀਆ, ਕੈਲਾਬਰੀਆ, ਸਿਚੀਲੀਆਨਾ ਵਿੱਚ ਵੀ ਬਹੁਤ ਮੀਂਹ ਪਿਆ, ਪਰ ਜ਼ਿਆਦਾ ਨੁਕਸਾਨ ਮੀਡੀਆ ਰੋਮਾਨੀਆ ਵਿੱਚ ਹੋਇਆ। ਮੀਡੀਆ ਰੋਮਾਨੀਆ ਇੱਕ ਐਸੀ ਸਟੇਟ ਹੈ ਜੀ ਇਟਲੀ ਦੀ ਜਿਹਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੁੰਦਾ ਹਮੇਸ਼ਾ, ਜਦੋਂ ਵੀ ਮੀਂਹ ਪੈਂਦੇ ਹੈ ਅਤੇ ਇਸ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ। ਇਹ ਇੱਕ ਐਸਾ ਮਾੜਾ ਇਲਾਕਾ ਇਟਲੀ ਦਾ ਆ ਵੀ ਜਦੋਂ ਵੀ ਕੋਈ ਨੁਕਸਾਨ ਹੋਣਾ ਹੁੰਦਾ ਤਾਂ ਸਭ ਤੋਂ ਜ਼ਿਆਦਾ ਮੀਡੀਆ ਰੋਮਾਨੀਆ ਵਿੱਚ ਹੀ ਹੁੰਦਾ ਆ। ਅਤੇ ਅੱਜ ਮੀਡੀਆ ਰੋਮਾਨੀਆ ਵਿੱਚ ਉਹੀ ਗੱਲ ਹੋਈ ਹੈ, ਸੜਕਾਂ ਦੇ ਉੱਤੇ ਪਾਣੀ ਭਰ ਗਿਆ, ਕਈ ਦਰਖਤ ਟੁੱਟ ਗਏ, ਕਾਫੀ ਇਲਾਕਿਆਂ ਦੇ ਵਿੱਚ ਜਿਹੜੀਆਂ ਸੜਕਾਂ ਬਲੌਕ ਹੋ ਗਈਆਂ, ਟ੍ਰੇਨਾਂ ਰੁਕਣੀਆਂ ਪੈ ਗਈਆਂ, ਕਈ ਇਲਾਕਿਆਂ ਦੇ ਵਿੱਚ ਜਿਹੜੇ ਆ ਨਹਿਰਾਂ ਲੰਘਦੀਆਂ ਸੀਗੀਆਂ ਜੀ, ਉਹਨਾਂ ਦਾ ਪਾਣੀ ਓਵਰਫਲੋ ਹੋ ਕੇ ਬਾਹਰ ਆ ਗਿਆ ਸਾਰਾ। ਅਤੇ ਇਹਦੇ ਨਾਲ ਨਾਲ ਅੱਜ ਸਿਚੀਲੀਆ ਅਤੇ ਪਲੇਰਮੋ ਇਹਨਾਂ ਇਲਾਕਿਆਂ ਵਿੱਚ, ਕਤਾਨੀਆ ਦੇ ਵਿੱਚ ਬਹੁਤ ਨੁਕਸਾਨ ਹੋਇਆ, ਕਈ ਫਲਾਈਟਾਂ ਅੱਜ ਕੈਂਸਲ ਕਰਨੀਆਂ ਪੈ ਗਈਆਂ, ਕਈ ਫਲਾਈਟਾਂ ਅੱਜ ਹੋਰ ਪਾਸੇ ਭੇਜੀਆਂ ਗਈਆਂ ਜਿਹੜੀਆਂ ਕਿ ਕਤਾਨੀਆ ਆਉਣੀਆਂ ਸੀਗੀਆਂ, ਪਲੇਰਮੋ ਆਉਣੀਆਂ ਸੀ। ਬਹੁਤ ਰਸਤੇ ਜਿਹੜੇ ਬੰਦ ਹੋ ਗਏ, ਕਈ ਇਲਾਕਿਆਂ ਦੇ ਵਿੱਚ ਲੈਂਡ ਸਲਾਈਡਸ ਹੋ ਗਈਆਂ, ਪਹਾੜੀਆਂ ਖਿਸ ਗਈਆਂ ਜਿਹਨਾਂ ਚੱਲਦੇ ਰਸਤੇ ਬੰਦ ਹੋ ਗਏ, ਅਤੇ ਕਈ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ ਆ, ਤਾਰਾਂ ਟੁੱਟ ਗਈਆਂ, ਜਿਹੜੇ ਪਹਾੜੀ ਇਲਾਕੇ ਸੀਗੇ ਜਿਹ ਉੱਤੋਂ ਪੱਥਰ ਡਿੱਗੇ ਆ ਉੱਤੋਂ, ਜਿਹਨਾਂ ਚੱਲਦਿਆਂ ਮੁੜ ਕੇ ਸੜਕਾਂ ਸਾਰੀਆਂ ਬਲੌਕ ਹੋ ਗਈਆਂ। ਇਸ ਤੋਂ ਇਲਾਵਾ ਜਿਹੜਾ ਕੂਨਿਓ ਇਲਾਕਾ ਲੱਗਦਾ ਆ, ਵਿੰਤੀ ਮੀਲੀਆ ਇਲਾਕਾ ਲੱਗਦਾ ਆ, ਇਹਨਾਂ ਦੇ ਵਿੱਚ ਜਿਹੜੀ ਪੋ ਨਹਿਰ ਲੰਘਦੀ ਹੈ ਟੋਰੀਨੋ ਦੇ ਕੋਲ, ਉਹ ਇਲਾਕੇ ਦੇ ਵਿੱਚ ਵੀ ਅਜੇ ਕਾਫੀ ਨੁਕਸਾਨ ਹੋਇਆ, ਉਹਦਾ ਜਿਹੜਾ ਪਾਣੀ ਸੀਗਾ ਨਹਿਰ ਦਾ ਇਹ ਓਵਰਫਲੋ ਹੋ ਗਿਆ, ਇਸ ਤੋਂ ਬਾਅਦ ਪਾਣੀ ਭਰ ਗਿਆ ਸੜਕਾਂ ਦੇ ਉੱਤੇ। ਇਸ ਤੋਂ ਇਲਾਵਾ ਲਿਗੂਰੀਆ ਵਿੱਚ ਵੀ ਅੱਜ ਮੌਸਮ ਖਰਾਬ ਰਿਹਾ, ਲਿਗੂਰੀਆ ਵਿੱਚ ਵੀ ਅੱਜ ਇੱਦਾਂ ਹੀ ਨੁਕਸਾਨ ਹੋਇਆ, ਰਾਤ ਭਰ ਮੀਂਹ ਪਿਆ ਉੱਥੇ। ਫਰੂਲੀ ਵਿਨੀਸੀਆ ਜੂਲੀਆ ਵਿੱਚ ਵੀ ਬਹੁਤ ਨੁਕਸਾਨ ਹੋਇਆ, ਅੱਜ ਪੋਦਰਨੋਨੇ ਇਲਾਕੇ ਦੇ ਵਿੱਚ ਪਾਣੀ ਭਰ ਗਿਆ, ਜਿਨ੍ਹਾਂ ਚੱਲਦਿਆਂ ਕਈਆਂ ਸੜਕਾਂ ਦੇ ਉੱਤੇ ਆਵਾਜਾਈ ਬੰਦ ਕਰਨੀ ਪੈ ਗਈ। ਇਸ ਤੋਂ ਇਲਾਵਾ ਵਿਨਤੋ ਵਿੱਚ ਵੀ ਅੱਜ ਨੁਕਸਾਨ ਹੋਇਆ, ਵਿਨਤੋ ਵਿੱਚ ਅੱਜ ਕਈ ਫੁੱਟਬਾਲ ਦੇ ਮੈਚ ਲੱਗਣੇ ਸੀ, ਸਾਰੇ ਜਿਹੜੇ ਆ ਕੈਂਸਲ ਕਰ ਦਿੱਤੇ ਗਏ ਆ ਮੌਸਮ ਖਰਾਬ ਦੇ ਚੱਲਦਿਆਂ। ਅਤੇ ਸਿਚੀਲੀਆ ਦੇ ਵਿੱਚ ਅੱਜ ਮੀਂਹ ਬਹੁਤ ਪਿਆ, ਕਾਫੀ ਜ਼ਿਆਦਾ ਵਾਇਲੈਂਟ ਤਰੀਕੇ ਨਾਲ ਮੀਂਹ ਪਿਆ ਉੱਥੇ, ਅਤੇ ਕੁੱਲ ਮਿਲਾ ਕੇ ਅੱਜ ਇਟਲੀ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਮੌਸਮ ਦੇ ਚੱਲਦਿਆਂ, ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋਈ ਆ। ਜਦੋਂ ਵੀ ਵੈਦਰ ਦਾ ਅਲਰਟ ਹੁੰਦਾ ਹੈ ਜੀ ਜਾਰੀ, ਤਾਂ ਉਹਦਾ ਮਤਲਬ ਇਹ ਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ, ਯਾਨੀ ਕਿ ਅਗਲੇ ਦਿਨ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜ਼ਿਆਦਾ ਆ। ਆਮ ਕਰਕੇ ਜਦੋਂ ਅਸੀਂ ਤੁਹਾਨੂੰ ਦੱਸੀਦਾ ਵੈਦਰ ਅਲਰਟ, ਇਹ ਜਦੋਂ ਵੈਦਰ ਅਲਰਟ ਪਿੱਛੇ ਆਉਂਦਾ ਆ ਜਿਹਨਾਂ ਵੀਰੋ ਨਹੀਂ ਪਤਾ, ਇਹ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ, ਇਟਲੀ ਦੀ ਜਿਹੜੀ ਸਰਕਾਰ ਹੈ ਉਹਨਾਂ ਵੱਲੋਂ ਜਾਰੀ ਕੀਤਾ ਜਾਂਦਾ ਵੈਦਰ ਦਾ ਅਲਰਟ ਸਪੈਸ਼ਲ, ਅਤੇ ਤੁਸੀਂ ਆਪਣੇ ਮੋਬਾਈਲ ਤੋਂ ਦੇਖ ਸਕਦੇ ਆ ਵੈਦਰ ਜਿਹੜੇ ਫੋਨ ਵਾਲੇ ਹੁੰਦੇ ਆ, ਪਰ ਉਹਨਾਂ ਵਿੱਚ ਵੈਦਰ ਦਾ ਅਲਰਟ ਹੋਰ ਤਰੀਕੇ ਨਾਲ ਹੁੰਦਾ, ਉਹ ਇਹ ਦੱਸਦਾ ਸਿਰਫ ਮੀਂਹ ਪੈਣਾ ਜਾਂ ਨਹੀਂ ਪੈਣਾ। ਪਰ ਜਦੋਂ ਸਰਕਾਰ ਅਲਰਟ ਕਿਸੇ ਇਲਾਕੇ ਵਿੱਚ ਕਰਦੀ ਹੈ, ਉਹਦਾ ਮਤਲਬ ਇਹ ਹੁੰਦਾ ਜੀ ਉਸ ਇਲਾਕੇ ਦੇ ਵਿੱਚ ਐਸੀ ਚੀਜ਼ਾਂ ਹੋਣ ਦਾ ਖਤਰਾ ਹੈ ਜਿਹਦੇ ਵਿੱਚ ਬੰਦੇ ਆਪਣੀ ਜਾਨ ਗਵਾ ਸਕਦੇ ਆ। ਫੋਰ ਐਗਜ਼ਾਮਪਲ ਦੇ ਤੌਰ 'ਤੇ ਵੀ ਕੋਈ ਨਹਿਰ ਲੰਘ ਰਹੀ ਆ, ਨਹਿਰ ਦੇ ਵਿੱਚ ਪਾਣੀ ਜਿਹੜਾ ਜ਼ਿਆਦਾ ਆ ਜਾਵੇ, ਜਿਹੜੇ ਪੁਲ ਲੰਘ ਰਹੇ ਉੱਥੋਂ ਪੁਲ ਟੁੱਟਣ ਦੇ ਖਤਰੇ ਹੁੰਦੇ ਆ, ਪਹਾੜੀਆਂ ਇਲਾਕਿਆਂ ਵਿੱਚ ਪਹਾੜ ਖਿਸਕਣ ਦੇ ਖਤਰੇ ਹੁੰਦੇ ਆ। ਸਾਰੀਆਂ ਚੀਜ਼ਾਂ ਨੂੰ ਅਕਾਊਂਟ ਕਰਕੇ ਹੀ ਵੈਦਰ ਦਾ ਅਲਰਟ ਪਿੱਛੋਂ ਸਰਕਾਰ ਜਾਰੀ ਕਰਦੀ ਆ। ਵੈਸੇ ਜੇਕਰ ਕੋਈ ਨੋਰਮਲ ਬੱਦਲਵਾਈ ਹੋਵੇ ਜਾਂ ਨੋਰਮਲ ਮੀਂਹ ਪੈਣਾ ਹੋਵੇ ਤਾਂ ਅਲਰਟ ਨਹੀਂ ਜਾਰੀ ਹੁੰਦਾ। ਅਤੇ ਮੀਂਹ ਤਾਂ ਵੈਸੇ ਇਟਲੀ ਵਿੱਚ ਅੱਜ ਬਹੁਤ ਇਲਾਕਿਆਂ ਵਿੱਚ ਪੈ ਰਿਹਾ ਸੀਗਾ, ਪਰ ਜਿਹਨਾਂ ਇਲਾਕਿਆਂ ਵਿੱਚ ਵੈਦਰ ਅਲਰਟ ਸਰਕਾਰ ਨੇ ਜਾਰੀ ਕੀਤਾ ਸੀਗਾ ਉਹਨਾਂ ਵਿੱਚ ਇਹ ਨੁਕਸਾਨ ਹੋਇਆ। ਕਰਕੇ ਜਦੋਂ ਵੀ ਅਸੀਂ ਤੁਹਾਨੂੰ ਵੈਦਰ ਅਲਰਟ ਦੱਸੀਦਾ, ਮੌਸਮ ਦੱਸੀਦਾ ਆ, ਅਤੇ ਉਸ ਟਾਈਮ ਥੋੜ੍ਹਾ ਜਿਹਾ ਅਲਰਟ ਹੋ ਜਾਇਆ ਕਰੋ, ਕਿਉਂਕਿ ਹੋ ਸਕਦਾ ਕਿਤੇ ਨੁਕਸਾਨ ਹੋ ਜਾਵੇ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ, ਇਸ ਵਕਤ ਇਟਲੀ ਦੀ ਸਰਕਾਰ ਦੇ ਵਿੱਚ ਪ੍ਰੋਬਲਮ ਚੱਲ ਰਹੀ ਆ ਸਰਕਾਰ ਨੂੰ ਲੈ ਕੇ, ਅਤੇ ਇੱਥੇ ਜਿਹੜੇ ਮੈਜਿਸਟਰਾਤੂਰਾ ਆ, ਯਾਨੀ ਕਿ ਜਿਹੜੇ ਜਿੰਨਾ ਵੀ ਇਸ ਵਕਤ ਕੋਰਟ ਆ ਇਟਲੀ ਦੀ, ਇਹਨਾਂ ਦੇ ਵਿਚਕਾਰ ਗੌਰਮੈਂਟ ਆਪਣੀ ਹੀ ਜਿਹੜੀ ਵਕੀਲ ਆ ਜਾਂ ਜਿਹੜੀ ਇਹਨਾਂ ਦੀ ਕੋਨਸਟੀਟਿਊਸ਼ਨ ਜਿਹੜੀ ਮੈਜਿਸਟਰਾਤੂਰਾ ਆ ਉਹਨਾਂ ਦੇ ਨਾਲ ਫਸ ਗਈ ਆ। ਅਤੇ ਇਹਦੇ ਵਿੱਚ ਹੁਣ ਜਿਹੜੀ PD ਪਾਰਟੀ ਆ, ਜਿਹੜੀ ਕਿ ਇਸ ਵਕਤ ਓਪੋਜੀਸ਼ਨ ਦੇ ਵਿੱਚ ਹੈਗੀ ਆ ਪ੍ਰੀਤੋ ਡੈਮੋਕਰਾਟਿਕੋ, ਉਹ ਮਲੋਨੀ ਨੂੰ ਕਹਿ ਰਹੇ ਆ ਵਾਰ ਵਾਰ ਵੀ ਮਲੋਨੀ ਜਿਹੜੀ ਆ ਆਪਣੀ ਜਗ੍ਹਾ ਛੱਡ ਦੇਣ, ਪੋਸਟ ਛੱਡ ਦੇਣ ਆਪਣੀ, ਕਿਉਂਕਿ ਇਹ ਇਹਨਾਂ ਦੀ ਬਹੁਤ ਵੱਡੀ ਇੱਕ ਕੰਮ ਫਲੋਪ ਹੋ ਗਿਆ, ਅਤੇ ਆਪਣੀ ਜਗ੍ਹਾ ਛੱਡ ਦੇਣ ਉਹ। ਜਿਹੜੇ ਬੰਦੇ ਆ ਜਿਹੜੇ ਕਿ 12 ਬੰਦੇ ਥਰਬੰਨੀਆਂ ਭੇਜੇ ਸੀਗੇ, ਉਹਨਾਂ ਨੂੰ ਅੱਜ ਵਾਪਸ ਲਿਆਂਦਾ ਗਿਆ ਇਟਲੀ ਦੇ ਵਿੱਚ, ਕਿ ਇਹ ਆਰਡਰ ਸੀਗਾ ਕੋਰਟ ਦਾ, ਅਤੇ ਹੁਣ ਇਹ ਕੰਮ ਜਿਹੜਾ ਲੰਬਾ ਚੱਲਣ ਵਾਲਾ ਆ, ਕਿਉਂਕਿ ਕੋਰਟ ਨੇ ਆਪਣਾ ਆਰਡਰ ਦੇ ਤਾ, ਹੁਣ ਸਰਕਾਰ ਕਹਿ ਰਹੀ ਆ ਜੀ ਅਸੀਂ ਅੱਗੇ ਜਾਵਾਂਗੇ, ਕਿਉਂਕਿ ਸਰਕਾਰ ਨੇ ਕਾਫੀ ਪੈਸਾ ਲਾਇਆ ਸੀਗਾ ਇਸ ਦੇ ਉੱਤੇ, ਪੂਰੀ ਜਿਹੜੀ ਆ
2.5 लाख यूरो ये उत्ते लाता जोड़े उत्ते 12 बंदे 16 बंदे भेजे अलबनिया के तो पहले सेंटर तैयार कराए गए अलबनिया में वो उत्ते पैसा लगा। तो हुण गौरमेंट का भी बयान आया, गौरमेंट ने कहा जी भी जिहड़े ये जज आ जिहड़े कोर्ट के बैठते जजा जिहड़े आ अपना काम सही तरीके नहीं करते। गौरमेंट जेकर कोई काम करना चाहती है तो जाण बुझ के साडे जिहड़े आ पैरां दे विच डंडे फसाउंदे आ ਤਾਂ ਕਿ ਗੌਰਮੈਂਟ ਕੋਈ ਵੀ ਕੰਮ ਇਟਲੀ ਦੇ ਸੇਫਟੀ ਦੇ ਵਾਸਤੇ ਸਿਕਿਉਰਿਟੀ ਦੇ ਵਾਸਤੇ ਨਾ ਕਰ ਸਕੇ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਅੱਜ ਇੱਕ 36 ਸਾਲ ਦੀ ਇਨਫਲੂਐਂਸਰ ਲੜਕੀ ਸੀਗੀ ਜੂਲੀਆ ਮਾਨਫੀਰਨੀ, ਅਤੇ ਇਹ 36 ਸਾਲ ਦੀ ਇਸ ਦੀ ਉਮਰ ਸੀਗੀ। ਜਿਹੜਾ ਪੈਸੀਫਿਕ ਓਸ਼ੀਅਨ ਆ ਜੀ, ਇਸ ਓਸ਼ੀਅਨ ਦੇ ਵਿੱਚ ਇਹ ਸਰਫ ਕਰ ਰਹੀ ਸੀਗੀ। ਸਰਫ ਮਤਲਬ ਕਿ ਜਿਹੜੀ ਤੁਸੀਂ ਦੇਖਿਆ ਹੋਣਾ ਕਿ ਸਮੁੰਦਰ ਦੀ ਜਦੋਂ ਲਹਿਰਾਂ ਆਉਂਦੀਆਂ ਅਤੇ ਉਹਦੇ ਉੱਤੇ ਤੈਰਦੇ ਆ ਬੋਟ ਲੈ ਕੇ, ਅਤੇ ਉਹ ਇਹ ਬੋਟ ਦੇ ਉੱਤੇ ਹੀ ਜਿਹੜੀ ਤੈਰ ਰਹੀ ਸੀਗੀ, ਅਤੇ ਅਚਾਨਕ ਇੱਕ ਮੱਛੀ ਆਉਂਦੀ ਆ ਅਤੇ ਉਹ ਇਹਦੇ ਉੱਤੇ ਹਮਲਾ ਕਰ ਦਿੰਦੀ ਆ, ਅਤੇ ਉਹ ਮੱਛੀ ਇਹਨੂੰ ਜਿਹੜੀ ਆ ਖਾ ਜਾਂਦੀ ਆ। ਸੋ ਉਹਦਾ ਸ਼ਿਕਾਰ ਬਣ ਗਈ, ਜਿਸ ਤੋਂ ਬਾਅਦ ਇਹਦੀ ਜਾਨ ਚਲੀ ਗਈ ਆ। ਇਹ ਪੇਸ਼ੇ ਸਪਾਦਾ ਸੀਗੀ ਜੀ, ਜਿਹੜੀ ਇੱਕ ਮੱਛੀ ਹੁੰਦੀ ਪੇਸ਼ੇ ਸਪਾਦਾ ਨਾਂ ਹੁੰਦੀ। ਇਹਦੀ ਜਿਹੜੀ ਨੱਕ ਹੁੰਦਾ ਜੀ ਬਹੁਤ ਹੀ ਜ਼ਿਆਦਾ ਲੰਬਾ ਹੁੰਦਾ ਅਤੇ ਤਿੱਖਾ ਹੁੰਦਾ, ਅਤੇ ਇੰਡੋਨੇਸ਼ੀਆ ਦੇ ਕੋਲ ਇਹ ਉੱਥੇ ਜਿਹੜੀ ਆ ਬੀਚ ਸੀਗਾ ਉੱਥੇ ਇਹ ਕੰਮ ਕਰ ਰਹੀ ਸੀਗੀ, ਜਿਸ ਤੋਂ ਬਾਅਦ ਇਹਦੀ ਜਾਨ ਚਲੀ ਗਈ। ਪੇਸ਼ੇ ਸਪਾਦਾ ਹੁੰਦੀ ਹੈ ਜੀ, ਇਹਦੀ ਨੱਕ ਬਹੁਤ ਤਿੱਖਾ ਹੁੰਦਾ, ਅਤੇ ਇਹ ਸਿੱਧਾ ਹਮਲਾ ਕਰਦੀ ਹੈ ਬੰਦੇ ਦੇ ਵਿੱਚ ਆ ਕੇ। ਅਤੇ ਇਹ ਲੜਕੀ ਦੇ ਨਾਲ ਵੀ ਇੱਦਾਂ ਹੋਇਆ, ਇਹਦੇ ਛਾਤੀ ਦੇ ਵਿੱਚ ਇਹਨੇ ਆਪਣਾ ਜਿਹੜਾ ਨੱਕ ਮਾਰਿਆ ਲਿਆ ਕੇ, ਅਤੇ 5-6 ਸੈਂਟੀਮੀਟਰ ਤੱਕ ਅੰਦਰ ਸੁਰਾਖ ਕਰ ਦਿੱਤਾ ਇਹਨੇ, ਕਾਫੀ ਵੱਡਾ ਜਿਹੜਾ ਛੇਕ ਕਰ ਦਿੱਤਾ 5-6 ਸੈਂਟੀਮੀਟਰ ਦਾ। ਇਸ ਤੋਂ ਬਾਅਦ ਇਹ ਜਿਹੜੇ ਕੁਝ ਲੋਕ ਸੀ ਉਹਨਾਂ ਨੇ ਦੇਖਿਆ ਅਤੇ ਇਹਨੂੰ ਹੋਸਪਿਟਲ ਲੈ ਕੇ ਗਏ ਆ, ਪਰ ਬਚਾਅ ਨਹੀਂ ਹੋ ਸਕਿਆ ਕਿਉਂਕਿ 5-6 ਮੀਟਰ ਜਦੋਂ ਸੁਰਾਖ ਹੋ ਜਾਵੇ ਸਰੀਰ ਦੇ ਅੰਦਰ ਅਤੇ ਬਚਾਅ ਹੋਣਾ ਬਹੁਤ ਔਖਾ ਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਅੱਜ ਤਰਾਦਾਤੇ ਇਲਾਕੇ ਦੇ ਵਿੱਚ ਇੱਕ ਐਕਸੀਡੈਂਟ ਹੋਇਆ, ਰਾਤ 18 ਸਾਲ ਦਾ ਲੜਕਾ ਇਹਦੇ ਵਿੱਚ ਜਾਨ ਚਲੀ ਗਈ, ਅਤੇ ਬਹੁਤ ਹੀ ਜ਼ਿਆਦਾ ਇਹ ਵੱਡੇ ਲੈਵਲ 'ਤੇ ਐਕਸੀਡੈਂਟ ਹੋਇਆ, ਅਤੇ ਜਿਹੜੀ ਗੱਡੀ ਸੀਗੀ ਜੀ ਗੱਡੀ ਦੇ 2 ਟੁਕੜੇ ਹੋ ਗਏ, ਪਿਛਲਾ ਟੁਕੜਾ ਜਿਹੜਾ ਵੱਖਰਾ ਹੋ ਕੇ ਡਿੱਗ ਪਿਆ ਅਤੇ ਅਗਲਾ ਵੱਖਰਾ ਹੋ ਕੇ ਡਿੱਗ ਪਿਆ, ਵਿੱਚੋਂ ਯਾਨੀ ਕਿ ਅੱਧ ਅੱਧ ਹੋ ਗਈ ਗੱਡੀ। ਬਰੇਜ਼ ਇਲਾਕੇ ਦੇ ਵਿੱਚ ਇਹ ਘਟਨਾ ਹੋਈ ਹੈ, ਅਤੇ 2 ਗੱਡੀਆਂ ਟਕਰਾਈਆਂ ਆਪਸ ਦੇ ਵਿੱਚ, ਜਿਹਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ, ਦੂਜੀ ਗੱਡੀ ਦੇ ਵਿੱਚ 3 ਜਣੇ ਹੋਰ ਸੀਗੇ, ਉਹਨਾਂ ਦੀ ਸੱਟਾਂ ਲੱਗੀਆਂ ਕਾਫੀ ਜ਼ਿਆਦਾ। ਰੈਨੋ ਕਲੀਓ ਗੱਡੀ ਸੀਗੀ ਜੀ ਜਿਹੜੀ ਕਿ ਅੱਧੀ ਅੱਧੀ ਹੋ ਗਈ। ਉਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਫਿਰੇਂਸ ਇਲਾਕੇ ਦੇ ਵਿੱਚ ਇੱਕ ਔਰਤ ਜਾ ਰਹੀ ਸੀਗੀ ਅਤੇ ਉਹਨਾਂ ਦੇ ਕੋਲ ਇੱਕ ਪਰਸ ਫੜਿਆ ਸੀਗਾ, ਅਤੇ ਇੱਕ 27 ਸਾਲ ਦਾ ਲੜਕਾ ਆਉਂਦਾ ਆ ਜੀ, ਅਤੇ ਉਹਨਾਂ ਦੇ ਨਾਲ ਹੱਥੋਂ ਪਾਈ ਹੋ ਜਾਂਦਾ। ਉਹ ਅਸਲ ਦੇ ਵਿੱਚ ਜਿਹੜਾ ਪਰਸ ਸੀਗਾ ਉਹ ਚੋਰੀ ਕਰਨ ਆਇਆ ਸੀਗਾ, ਅਤੇ ਪਰਸ ਚੋਰੀ ਕਰ ਲੈਂਦਾ ਆ, ਉਸ ਤੋਂ ਬਾਅਦ ਉਹਨਾਂ ਦੇ ਥੱਪੜ ਮਾਰਦਾ ਜ਼ਮੀਨ 'ਤੇ ਲੰਮੀ ਪਾ ਕੇ ਉਹਨੂੰ ਕੁੱਟਦਾ, ਅਤੇ ਉਸ ਤੋਂ ਬਾਅਦ ਦੌੜ ਜਾਂਦਾ। ਹੁਣ ਸਾਰੀ ਜਿਹੜੀ CCTV ਕੈਮਰੇ ਵਿੱਚ ਫੋਟੋ ਆ ਗਈ ਹੈ, ਅਤੇ ਹੁਣ ਉਹਦੀ ਜਿਹੜੀ ਹੈ ਜਾਂਚ ਕੀਤੀ ਜਾਣੀ ਹੈ ਵੀ ਲੜਕਾ ਕਿੱਥੇ ਗਿਆ ਇਹ। ਇਸ ਤੋਂ ਬਾਅਦ ਜੀ ਇੱਕ ਹੋਰ ਅਪਡੇਟ ਆ, ਇੱਕ ਬੰਦੇ ਨੇ 90 ਮਿਲੀਅਨ ਯੂਰੋ ਜਿੱਤ ਲਿਆ ਆ ਸੁਪਰ ਇਨਾ ਲੋਤੋ, ਜਿਹੜੀ ਕੋਈ ਲੋਟਰੀ ਹੁੰਦੀ ਆ ਉਸ ਦੇ ਵਿੱਚ। 15 ਅਕਤੂਬਰ ਨੂੰ ਇਹ ਬੰਦਾ ਜਿੱਤਿਆ। ਉਹ ਜਿਹੜਾ ਬੰਦਾ ਆ ਉਹ ਬੰਦਾ ਮੁੜ ਕੇ ਆਇਆ ਹੀ ਨਹੀਂ ਹੈਗਾ ਉੱਥੇ ਦੁਬਾਰਾ ਆਪਣੀ ਜਿਹੜੀ ਲੋਟਰੀ ਜਿੱਤਣ। 30 ਸਾਲ ਦੀ ਉਸ ਬੰਦੇ ਦੀ ਉਮਰ ਹੋ ਸਕਦੀ ਆ ਜਿਹਦੀ ਇਹ ਲੋਟਰੀ ਨਿਕਲੀ ਆ। ਉਹ ਇਹ ਬਿਲੀਅਤੋ ਦਾ ਔਰੋ ਨਿਕਲੀ ਆ, ਸੋਨੇ ਦੀ ਟਿਕਟ ਜਿਹੜੀ ਆ ਨਿਕਲੀ ਇੱਕ, ਅਤੇ ਉਹ ਇਹ 90 ਮਿਲੀਅਨ ਯੂਰੋ ਦੀ ਟਿਕਟ ਆ ਇਹ, 9 ਕਰੋੜ ਯੂਰੋ ਦੀ। ਉਸ ਬੰਦੇ ਨੇ 3 ਯੂਰੋ ਪੇ ਕੀਤੇ ਸੀਗੇ ਇਸ ਲਈ, ਅਤੇ 3 ਯੂਰੋ ਉਹਨੇ ਪੇ ਕੀਤੇ ਆ, ਅਤੇ 3 ਯੂਰੋ ਪੇ ਕਰਕੇ ਉਹਨੇ ਲੋਟਰੀ ਪਾਈ ਆ, ਅਤੇ ਉਹਨੇ ਤਕਰੀਬਨ 90 ਮਿਲੀਅਨ ਯੂਰੋ ਜਿੱਤ ਲਿਆ ਆ। ਇਹ ਬਹੁਤ ਹੀ ਲੱਕੀ ਨੰਬਰ ਹੁੰਦਾ, 620 ਮਿਲੀਅਨ ਦੇ ਵਿੱਚੋਂ ਇੱਕ ਲੋਟਰੀ ਹੁੰਦੀ ਆ ਜਿਹਨੂੰ ਐਡਾ ਵੱਡਾ ਨਾਮ ਨਿਕਲਦਾ, ਕਿ 60 ਕਰੋੜ ਲੋਟਰੀਆਂ ਦੇ ਵਿੱਚੋਂ ਇੱਕ ਤਾਂ ਕਿਸੇ ਦਾ ਨਾਮ ਆ ਸਕਦਾ, ਪਰ ਉਹ ਬੰਦਾ ਨਹੀਂ ਮਿਲ ਰਿਹਾ ਜਿਹਨੇ ਇਹ ਲੋਟਰੀ ਖਰੀਦੀ ਆ ਅਤੇ ਜਿਹੜਾ ਜਿੱਤ ਲਿਆ ਆ। ਜਿਹੜਾ ਵੀ ਬੰਦਾ ਹੈ ਰੀਵਾ ਇਲਾਕੇ ਦਾ ਬੰਦਾ ਆ, ਰੀਵਾ ਦਾ ਉਸ ਇਲਾਕੇ ਦੇ ਵਿੱਚੋਂ ਆ ਕਿਸੇ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ, ਵਿਸਤਾਰਾ ਏਅਰਲਾਈਨ, ਇਹ ਵਿਸਤਾਰਾ ਜਿਹੜੀ ਏਅਰਲਾਈਨ ਹੈ ਇਹ ਲੰਡਨ ਜਾ ਰਹੀ ਸੀਗੀ, ਅਤੇ ਅਚਾਨਕ ਜਿਸ ਵਕਤ ਇਹਨੇ ਇਹਦੇ ਵਿੱਚ 147 ਬੰਦੇ ਸਵਾਰ ਸੀਗੇ, ਅਤੇ ਬੰਬ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਜਹਾਜ਼ ਦੇ ਵਿੱਚ, ਰੌਲਾ ਪਾ ਦਿੱਤਾ ਵੀ ਜਹਾਜ਼ ਵਿੱਚ ਬੰਬ ਆ ਅਤੇ ਕੋਈ ਸ਼ੱਕ ਪਈ ਹੋਊ ਉਹਨਾਂ ਨੂੰ, ਅਤੇ ਉਸ ਤੋਂ ਬਾਅਦ ਇਹਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਫਰੈਂਕਫਰਟ ਜਿਹੜੇ ਏਅਰਪੋਰਟ ਹੈ ਉਹਦੇ ਉੱਤੇ। ਲੰਡਨ ਜਾਣਾ ਸੀ ਇਸ ਜਹਾਜ਼ ਨੇ, ਅਤੇ ਸਾਰੇ ਪੈਸੰਜਰ ਉੱਥੇ ਫਰੈਂਕਫਰਟ ਏਅਰਪੋਰਟ ਤੋਂ ਉਤਾਰੇ ਗਏ ਆ, ਅਤੇ ਚੈਕਿੰਗ ਕੀਤੀ ਗਈ ਜਹਾਜ਼ ਦੀ, ਪਰ ਇਹ ਫੇਕ ਅਲਾਰਮ ਸੀਗਾ, ਫਾਲਸ ਅਲਾਰਮ ਸੀਗਾ, ਕੋਈ ਵੀ ਬੰਬ ਵਿੱਚੋਂ ਨਹੀਂ ਨਿਕਲਿਆ। ਇਹ ਦਿੱਲੀ ਤੋਂ ਚੱਲੀ ਸੀ ਫਲਾਈਟ ਆਪਣੇ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਇਮੀਲੀਆ ਰੋਮਾਨੀਆ ਵਿੱਚ ਅੱਜ ਵਾਸਤੇ ਰਾਤ ਦੇ 12 ਵਜੇ ਤੱਕ ਅਲਰਟ ਜਾਰੀ ਆ, ਅਤੇ ਕੱਲ੍ਹ ਵਾਸਤੇ ਵੀ ਕਈਆਂ ਸਟੇਟਾਂ ਦੇ ਵਿੱਚ ਅਲਰਟ ਜਾਰੀ ਆ। ਮੌਸਮ ਕੱਲ੍ਹ ਨੂੰ ਵੀ ਕਈਆਂ ਇਲਾਕਿਆਂ ਵਿੱਚ ਇੱਦਾਂ ਹੀ ਖਰਾਬ ਰਹਿਣ ਵਾਲਾ ਹਾਲੇ। ਇਸ ਤੋਂ ਬਾਅਦ ਅਗਲੀ ਇੱਕ ਖਬਰ ਹੈਗੀ USA ਦੇ ਵਿੱਚ, USA ਦੇ ਵਿੱਚ ਕੀ ਹੋਇਆ ਜੀ, ਇੱਕ ਬੰਦਾ ਜਿਹੜਾ ਕਿ ਮਰ ਚੁੱਕਾ ਸੀਗਾ ਉਸਨੂੰ ਹੋਸਪਿਟਲ ਵਿੱਚ ਮਰਿਆ ਘੋਸ਼ਿਤ ਕਰ ਦਿੱਤਾ ਗਿਆ ਸੀਗਾ, ਅਤੇ ਉਸ ਤੋਂ ਬਾਅਦ ਉਹਦੇ ਸਾਰੇ ਕੰਮ ਜਿਹੜੇ ਹੋ ਚੁੱਕੇ ਸੀਗੇ, ਅਤੇ ਉਹਦੇ ਔਰਗਨ ਜਿਹੜੇ ਸੀਗੇ ਜੀ ਉਹ ਕੱਢਣੇ ਸ਼ੁਰੂ ਕਰ ਦਿੱਤੇ ਸੀਗੇ ਬੰਦੇ ਦੇ, ਜਿਹੜੇ ਉਹਦੇ ਅੰਦਰਲੇ ਅੰਗ ਹੁੰਦੇ ਆ।
ਜਦੋਂ ਔਰਗਨ ਉਹਦੇ ਕੱਢਣੇ ਸ਼ੁਰੂ ਕੀਤੇ ਉਹਨਾਂ ਨੇ ਤਾਂ ਬੰਦਾ ਉੱਠ ਖੜਿਆ, ਬੰਦਾ ਜਾਗ ਗਿਆ ਅਤੇ ਉੱਠ ਕੇ ਉਹ ਬੰਦਾ ਰੋਣ ਲੱਗ ਪਿਆ। ਬੜੀ ਇੱਕ ਅਜੀਬ ਘਟਨਾ ਵਾਪਰੀ USA ਦੇ ਵਿੱਚ। ਉਸ ਤੋਂ ਬਾਅਦ ਜੇ ਅਗਲੀ ਕੁਝ ਆਪਣੇ ਵੀਰਾਂ ਦੀ ਜਿਹੜੀ ਕਮੈਂਟ ਹੁੰਦੇ ਆ ਪੇਪਰਾਂ ਨੂੰ ਲੈ ਕੇ, ਜਿਹਦੇ ਵਿੱਚ ਇੱਕ ਸਭ ਤੋਂ ਵੱਧ ਕਮੈਂਟ ਵਾਰ ਵਾਰ ਆਪਣੇ ਵੀਰ ਕਰਦੇ ਪਏ ਆ ਵੀ ਭਾਅ ਜੀ ਅਸੀਂ ਪਿਛਲੇ ਸਾਲ ਦੇ ਪੇਪਰ ਭਰੇ ਹੋਏ, ਸਾਡੀ ਹੁਣ ਉਮੀਦ ਹੈਗੀ ਨਿਕਲਣ ਦੀ ਜਾਂ ਨਹੀਂ ਨਿਕਲਣ ਦੀ ਉਮੀਦ ਕੋਈ। ਨੁੱਲੇ ਉਸ 'ਤੇ ਨਿਕਲਦੇ ਪਏ ਆ ਜੀ ਵੀਰੋ। ਬਾਕੀ ਗਰੰਟੀ ਜਿਹੜੀ ਹੈ ਤੁਹਾਨੂੰ ਅਸੀਂ ਨਹੀਂ ਕਹਿ ਸਕਦੇ ਪੇਪਰ ਨਿਕਲਣਗੇ ਜਾਂ ਨਹੀਂ ਨਿਕਲਣਗੇ, ਗਰੰਟੀ ਇਹਦੇ ਵਿੱਚ ਕਿਸੇ ਨੂੰ ਅਸੀਂ ਨਹੀਂ ਦੇ ਸਕਦੇ। ਬਾਕੀ ਚਾਂਸ ਹੀ ਤੁਸੀਂ ਪੁੱਛਦੇ ਹੁੰਦੇ ਚਾਂਸ ਕਿੰਨੇ ਪਰਸੈਂਟ ਆ, ਤਾਂ ਵੀਰੋ ਅਸੀਂ ਇਹ ਅੱਗੇ ਵੀ ਹਮੇਸ਼ਾ ਕਹਿੰਦੇ ਆਏ ਹਾਂ ਜਦੋਂ ਦੀ ਪੇਪਰ ਖੁੱਲਦੇ ਆ, ਕਈ ਸਾਲ ਹੋ ਗਏ ਸਾਨੂੰ ਅਪਡੇਟ ਦਿੰਦਿਆਂ ਨੂੰ, ਵੀ ਚਾਂਸ ਜਿਹੜਾ ਤੁਹਾਨੂੰ ਕੋਈ ਵੀ ਨਹੀਂ ਦੱਸ ਸਕਦਾ। ਤੁੱਕੇ ਲਾ ਸਕਦੇ ਲੋਕ ਸਾਡੇ ਪੇਪਰ ਨਿਕਲਣਗੇ ਨਹੀਂ ਨਿਕਲਣਗੇ, ਪਰ ਚਾਂਸ ਜਿਹੜੇ ਆ ਇਹ ਕੋਈ ਗੱਲ ਹੀ ਨਹੀਂ ਬਣਦੀ ਹੈਗੀ ਪੇਪਰਾਂ ਦੇ ਵਿੱਚ ਵੀ ਚਾਂਸ ਹੈਗੇ ਜਾਂ ਨਹੀਂ ਹੈਗੇ, ਕਿਉਂਕਿ ਕਈ ਕੁਛ ਚੈੱਕ ਕੀਤਾ ਜਾਂਦਾ ਪੇਪਰਾਂ ਵਿੱਚ, ਕਈ ਕੁਛ ਚੈਕਿੰਗ ਹੁੰਦੀ ਆ। ਇਸ ਤੋਂ ਇਲਾਵਾ ਸਨਾਤੋਰੀਆ ਬਾਰੇ ਵੀ ਆਪਣੇ ਕਮੈਂਟ ਕਰ ਰਹੇ ਆ। ਸਨਾਤੋਰੀਆ ਬਾਰੇ ਤੁਹਾਨੂੰ ਦੱਸ ਦਈਏ ਜੀ, ਸਨਾਤੋਰੀਆ ਬਾਰੇ ਫਿਲਹਾਲ ਇਸ ਸਾਲ ਤਾਂ ਨਹੀਂ ਕੋਈ ਉਮੀਦ ਵੀ ਸਰਕਾਰ ਸਨਾਤੋਰੀਆ ਖੋਲ੍ਹੇਗੀ। 2 ਮਹੀਨੇ ਹਾਲੇ ਪਏ ਆ ਹੋਰ ਸਾਲ ਦੇ ਵਿੱਚ, ਪਰ ਸਨਾਤੋਰੀਆ ਬਾਰੇ ਸਰਕਾਰ ਨੇ ਕੋਈ ਗੱਲਬਾਤ ਹੀ ਨਹੀਂ ਕੀਤੀ ਹੈਗੀ ਹਾਲੇ ਤੱਕ, ਅਤੇ ਇਹਦਾ ਮਤਲਬ ਕਿ ਸਰਕਾਰ ਦਾ ਕੋਈ ਇਰਾਦਾ ਨਹੀਂ ਹੈਗਾ ਵੀ ਸਰਕਾਰ ਸਨਾਤੋਰੀਆ ਖੋਲ੍ਹੀ ਜਾਵੇ। ਅਗਲੇ ਸਾਲ ਦੇ ਵਾਸਤੇ ਸ਼ਾਇਦ ਸਰਕਾਰ ਕੁਛ ਕਰ ਦੇਵੇ, ਪਰ ਹਾਲੇ ਤੱਕ ਫਿਲਹਾਲ ਇਸ ਸਾਲ ਵਿੱਚ ਸਨਾਤੋਰੀਆ ਖੋਲ੍ਹਣੀ ਹੁਣ ਦੇ ਹਿਸਾਬ ਨਾਲ ਤਾਂ ਮੁਸ਼ਕਲ ਹੈ। ਬਾਕੀ ਹੁਣ ਕੱਲ੍ਹ ਨੂੰ ਕੋਈ ਅਪਡੇਟ ਦੇ ਜਾਵੇ ਸਰਕਾਰ, ਉਹਦੇ ਵਿੱਚ ਹੁਣ ਅਸੀਂ ਕੁਛ ਨਹੀਂ ਕਹਿ ਸਕਦੇ ਹਾਲੇ। ਇੰਨੀ ਇਨਫੋਰਮੇਸ਼ਨ ਅੱਜ ਤੱਕ ਆ, ਉਹਦੇ ਹਿਸਾਬ ਦੇ ਨਾਲ ਤਾਂ ਸਨਾਤੋਰੀਆ ਇਸ ਸਾਲ ਨਹੀਂ ਖੋਲ੍ਹਣੀ ਸਰਕਾਰ ਨੇ। ਜੋ ਵੀ ਇਨਫੋਰਮੇਸ਼ਨ ਅੱਗੇ ਆਪਾਂ ਨੂੰ ਮਿਲੂਗੀ ਤੁਹਾਨੂੰ ਆਪਾਂ ਸ਼ੇਅਰ ਕਰਦੇ ਹਾਂ ਅਤੇ ਅੱਗੇ ਵੀ ਕਰੇ ਜਾਵਾਂਗੇ ਨਾਲੋਂ ਨਾਲ। ਅੱਜ ਬਸ ਇੰਨੇ ਜੀ, ਮਿਲਦੇ ਹਾਂ ਕੱਲ੍ਹ ਦੀਆਂ ਖਬਰਾਂ ਨਾਲ। ਆਪਣੇ ਤਾਂ ਆਪਣੇ ਪਰਿਵਾਰ ਦਾ ਖਿਆਲ ਰੱਖਿਓ, ਤੁਸੀਂ ਆਪਣੇ ਕੀਮਤੀ ਸਮਾਂ ਕੱਢਿਆ, ਸਭ ਨੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।